ਅਸਲਾਮ ਅਲੈਕਮ ਜੀ ਐਨਪੀਆਰ ਪਰਿਸ਼ਸਿਕਾ ਲਾਦਾਬ ਮੈਂ ਹਾਂ ਤੁਹਾਡਾ ਆਪਣਾ ਹਾਂ ਸ਼ਾਹੀਰ ਚਵੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਰੇਡੀਓ ਸਾਡੇ ਵਾਲਾ ਐਂਡ ਵੈਬ ਟੀਵੀ ਸਾਡੇ ਵਾਲਾ ਨਿਊਜ਼ ਇੰਡ ਦਾ ਸਭ ਤੋਂ ਜ਼ਿਆਦਾ ਸੁਣਿਆ ਔਰ ਦੇਖਿਆ ਜਾਣ ਵਾਲਾ ਚੈਨਲ ਹੈ ਜੀ ਅ ਅਸੀਂ ਤੁਹਾਨੂੰ ਅਨੇਕਾਂ ਕਹਾਣੀਆਂ ਅਨੇਕਾਂ ਖਬਰਾਂ ਤੁਹਾਡੇ ਸਾਹਮਣੇ ਲੈ ਕੇ ਆਨੇ ਆ ਅੱਜ ਇੱਕ ਦਿਲ ਨੂੰ ਹਲਾ ਦੇਣ ਵਾਲੀ ਦਾਸਤਾਨ ਜਿਹੜੀ ਹੈ ਜਿਹਦਾ ਨਾਮ ਆਪਾਂ ਰੱਖਿਆ ਵਿਸ਼ੋੜਾ ਵਿਛੋੜੇ ਦੀ ਜਿਹੜੀ ਇਹ ਵਾਲੀ ਐਪੀਸੋਡ ਹੈ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਆਪਾਂ ਪੰਜਾਬੀ ਸੰਗਤ ਦੀ ਗੱਲ ਕਰਦੇ ਆਂ ਪੰਜਾਬੀ ਕੱਠ ਦੀ ਗੱਲ ਕਰਦੇ ਆਂ ਪੰਜਾਬ ਰਾਜ ਦੀ ਗੱਲ ਕਰਨੇ ਆਂ ਖਾਲਸਾ ਰਾਜ ਦੀ ਗੱਲ ਕਰਨੇ ਆਂ ਲੈਂਦੇ ਪੰਜਾਬ ਦੀ ਗੱਲ ਕਰਨੇ ਆਂ ਚੜ੍ਹਦੇ ਪੰਜਾਬ ਦੀ ਗੱਲ ਕਰਦੇ ਆਂ ਅਗਰ ਇਹਦੇ 'ਚ ਦੇਖਦੇ ਆਂ ਅਸੀਂ ਖਾਲਸਾ ਪੰਥ ਔਰ ਖਾਲਸਾ ਪੰਥ ਦੇ ਵਿੱਚੋਂ ਪਹਿਲੇ ਗੁਰੂ ਸਾਹਿਬ ਬਾਬਾ ਗੁਰੂ ਨਾਨਕ ਸਾਹਿਬ ਦੀ ਗੱਲ ਜਦੋਂ ਆਉਂਦੀ ਹੈ ਤੇ ਉਹਨਾਂ ਦੇ ਲਾਜ਼ਮੀ ਗੱਲ ਹੈ ਕਿ ਤੁਹਾਡੀਆਂ ਜਿਹੜੀਆਂ ਪਾਵਨਾਂ ਜੁੜੀਆਂ ਹੋਈਆਂ ਨੇ ਉਹ ਬਾਬਾ ਗੁਰੂ ਨਾਨਕ ਸਾਹਿਬ ਦੇ ਵੰਸ਼ ਦੇ ਨਾਲ ਵੀ ਜੁੜੀਆਂ ਹੋਈਆਂ ਨੇ ਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੌਣ-ਕੌਣ ਅੱਗੇ ਕਿਹੜੀ ਲੜੀ ਤੱਕ ਕਿੱਥੇ ਕੌਣ ਕੀ ਮੌਜੂਦ ਹੈ ਜਿਹੜੇ ਲੋਕ ਹਿਸਟਰੀ ਦੇ ਤਤ ਜਾਣਨਾ ਚਾਹੁੰਦੇ ਨੇ ਉਹ ਉਹਨਾਂ ਦੇ ਬਾਰੇ ਵਿੱਚ ਹਮੇਸ਼ਾ ਗੱਲਬਾਤ ਕਰਦੇ ਹਨ ਔਰ ਉਹਦੇ ਬਾਰੇ ਸੋਚ ਵਿਚਾਰ ਵੀ ਕਰਦੇ ਹਨ ਕੁਝ ਲੋਕ ਇਹਨੂੰ ਬਹੁਤ ਜ਼ਿਆਦਾ ਧਾਰਮਿਕ ਲੈ ਲੈਂਦੇ ਨੇ ਪਲੀਜ਼ ਇਹਨੂੰ ਦੁਨੀਆਦਾਰੀ ਦੇ ਹਵਾਲੇ ਨਾਲ ਵੀ ਦੇਖੋ ਕਿ ਬੀਇੰਗ ਅ ਹਿਊਮਨ ਬਾਬਾ ਗੁਰੂ ਨਾਨਕ ਸਾਹਿਬ ਦੀ ਜਿਹੜੀ ਪੀੜ੍ਹੀ ਹੈ ਬੇਸ਼ੱਕ ਉਹਨੂੰ ਗੁਰੂ ਗੱਦੀ ਨਹੀਂ ਮਿਲੀ ਲੇਕਿਨ ਉਹਨਾਂ ਦੇ ਨਾਲ ਅੱਗੇ ਮਤਲਬ ਕਿ ਅੱਗੇ ਉਹ ਚੱਲਦੇ ਤੇ ਰਹੇ ਉਹ ਨਸਲ ਤਾਂ ਬਾਬਾ ਗੁਰੂ ਨਾਨਕ ਸਾਹਿਬ ਦੀ ਹੈ ਤਾਂ ਸੋ ਅਪਾਂ ਅੱਜ ਗੱਲ ਕਰਾਂਗੇ 18ਵੀਂ ਤੋਂ 19ਵੀਂ ਕੁੱਲ ਬਾਬਾ ਗੁਰੂ ਨਾਨਕ ਸਾਹਿਬ ਦੀ ਅਪਾਂ ਪਹੁੰਚ ਗਏ ਇਸ ਵਕਤ ਜਿਸ ਜਗ੍ਹਾ ਤੇ ਪਹੁੰਚੇ ਹੋਏ ਆ ਮਿਡਵੇ ਆਫ ਦੀ ਹੈ ਥਵਾ ਖਾਲਸਾ ਲਗਭਗ ਜੀ ਜੀ ਫਾਈ ਵਾਲੀ ਬੰਦ ਤੇ ਖਲੋਤੇ ਹੋਏ ਆ ਤੁਹਾਨੂੰ ਸੌਆਂ ਸਾਲ ਪੁਰਾਣਾ ਬਾਬਾ ਬੋਰ ਜਿਹੜਾ ਐ ਇਸ ਗੱਲ ਦੀ ਗਵਾਹੀ ਦੇ ਰਿਆ ਹੋਏਗਾ ਔਰ ਭਾਈ ਕਰਮ ਸਿੰਘ ਮਰਦਾਨ ਹੋਤੀ ਵਾਲੇ ਇਹਨਾਂ ਦੀਆਂ ਰਿਸ਼ਤੇਦਾਰੀਆਂ ਜਿਹੜੀਆਂ ਸਨ ਥਵੇ ਖਾਲਸੇ ਸਨ ਔਰ ਥਵੇ ਖਾਲਸੇ ਵਾਲੀਆਂ ਰਿਸ਼ਤੇਦਾਰੀਆਂ ਜਿਹੜੀਆਂ ਸਨ ਪਿੰਡ ਕਾਜ਼ੀਆਂ ਦੇ ਵਿੱਚ ਸਨ ਪਿੰਡ ਕਾਜ਼ੀਆਂ ਕਿਹੜਾ ਹੈ ਗੁੱਜਰਖਾਨ ਦੇ ਵਿੱਚ ਇੱਕ ਪਿੰਡ ਹੈ ਜਿੱਥੇ ਭਾਈ ਕਰਮ ਸਿੰਘ ਮਰਦਾਨ ਹੋਤੀ ਵਾਲੇ ਬਾਬਾ ਕਰਮ ਸਿੰਘ ਮਰਦਾਨ ਹੋਤੀ ਵਾਲੇ ਜਿਨ੍ਹਾਂ ਨੂੰ ਇੱਥੇ ਭਾਈ ਮਰਦਾਨ ਭਾਈ ਕਰਮ ਸਿੰਘ ਵੀ ਕਿਹਾ ਜਾਂਦਾ ਸੀ ਉਹਨਾਂ ਨੂੰ ਸੋ ਉਹਨਾਂ ਦੇ ਨਾਮ ਦੇ ਉੱਤੇ ਬਣਾਈ ਹੋਈ ਜਿਹੜੀ ਹੈ ਤਾਰੀਖੀ ਬੰਨ ਜਿਹੜੀ ਹੈ ਉਹ ਅੱਜ ਵੀ ਪਾਣੀ ਦਾ ਰੈਜ਼ਰਵਾਇਰ ਜਿਹੜਾ ਹੈ ਉਹ ਮੌਜੂਦ ਹੈ ਤੁਸੀਂ ਦੇਖੋ ਬਹੁਤ ਹੀ ਪਿਆਰਾ ਖੂਬਸੂਰਤ ਨਜ਼ਾਰਾ ਪੇਸ਼ ਕਰ ਰਿਹਾ ਹੈ ਕਿ ਇਹਦੇ ਵਿੱਚ ਰੇਨੀ ਵਾਟਰ ਜਿਹੜਾ ਲਾਗੇ ਲਾਗੇ ਦੇ ਏਰੀਏ ਦਾ ਸਾਰਾ ਇਕੱਠਾ ਹੋ ਜਾਂਦਾ ਔਰ ਦੋ ਪਾਸੇ ਵੱਡੇ ਵੱਡੇ ਬੈਨੀਅਨ ਦੇ ਟਰੀਜ਼ ਨੇ ਔਰ ਥੱਲੇ ਪਾਣੀ ਤੁਸੀਂ ਦੇਖੋ ਕਿ ਇੰਨੀ ਸਰਦੀ ਦੇ ਵਿੱਚ ਵੀ ਪਾਣੀ ਮੌਜੂਦ ਹੈ ਤਾਂ ਇਹਦਾ ਮਤਲਬ ਕਿ ਗਰਮੀਆਂ ਚ ਬੰਨ ਜਿਹੜੀ ਹੈ ਪਾਣੀ ਨਾਲ ਭਰੀ ਹੁੰਦੀ ਹੋਏਗੀ ਮਿਡਵੇ ਔਰ ਸ਼ਾਰਟਕਟ ਆਫ ਦੀ ਕਲਰ ਸਿੱਧਾ ਕਹਿ ਲਵੋ ਥਵਾ ਖਾਲਸਾ ਤੋਂ ਆਉਂਦਿਆਂ ਹੋયા ਤੇ ਸੋ ਇੱਥੇ ਲੋਕ ਪੜਾਓ ਕਰਦੇ ਸੀ ਲੋਕ ਰੁੱਕਦੇ ਸਨ ਗਰਮੀਂ ਚ ਸਾਹ ਕੱਢਦੇ ਸਨ ਔਰ ਆਪਣੇ ਕਪੜੇ ਧੋਂਦੀਆਂ ਸਨ ਬੀਬੀਆਂ ਔਰ ਜਿਹੜੇ ਜਾਨਵਰ ਸੀ ਉਹ ਇੱਥੇ ਪਾਣੀ ਪੀਂਦੇ ਸਨ ਤੇ ਲੋਕ ਗਰਮੀ ਤੋਂ ਤੰਗ ਆ ਕੇ ਜਿਹੜੇ ਬੈਠਦੇ ਸਨ ਉਹ ਇੱਥੇ ਕੀ ਕਰਦੇ ਸਨ ਉਹ ਇੱਥੇ ਬੈਠ ਕੇ ਤੇ ਆਪਣਾ ਸਾਹ ਕੱਢਦੇ ਸਨ ਸੋ ਆਪਾਂ ਗੱਲ ਕਰ ਰਹੇ ਸੀ ਬਾਬਾ ਗੁਰੂ ਨਾਨਕ ਸਾਹਿਬ ਦੇ ਅਣਸ਼ਵੰਸ਼ ਬਾਰੇ ਕਿ ਇੱਥੇ ਦੀ ਜਿਹੜੀ ਮਸ਼ਹੂਰ ਹਸਤੀ ਹੋਏ ਨੇ ਬਾਬਾ ਗੁਰੂ ਨਾਨਕ ਸਾਹਿਬ ਦੀ 16ਵੀਂ ਕੁਲ ਬਾਬਾ ਖੇਮ ਸਿੰਘ ਬੇਦੀ ਜੀ ਦਾ ਨਾਮ ਤੇ ਆਪ ਸਭ ਨੇ ਸੁਣਿਆ ਹੋਵੇਗਾ ਬਾਬਾ ਖੇਮ ਸਿੰਘ ਬੇਦੀ ਕੱਲਰ ਵਾਲੇ ਠੀਕ ਹੈ ਜੀ ਜਿਨ੍ਹਾਂ ਨੂੰ ਬ੍ਰਿਟਿਸ਼ Empire ਦੇ ਵਿੱਚ ਵੱਡੇ ਰਕਬੇ ਜਿਹੜੇ ਸਨ ਅਲੋਟ ਕੀਤੇ ਗਏ ਸਨ ਬ੍ਰਿਟਿਸ਼ Empire ਦੁਆਰਾ ਯਾਨੀ ਕਿ ਮਰਬਿਆਂ ਦੇ حساب ਨਾਲ 41 ਤੋਂ 42 ਪਿੰਡਾਂ ਦੀ ਜਾਗੀਰ ਜਿਹੜੀ ਸੀ ਉਹ ਵੀ ਦੇ ਰੱਖੀ ਸੀ ਬ੍ਰਿਟਿਸ਼ ਸਰਕਾਰ ਨੇ ਆ ਬਾਬਾ ਖੇਮ ਸਿੰਘ 베ਦੀ ਨੂੰ ਔਰ ਉਹਨਾਂ ਨੂੰ ਇੱਕ ਕਹਿਲਵਾ ਤੁਸੀਂ ਕਿ ਮੈਜਿਸਟ੍ਰੇਟ ਦਾ ਦਰਜਾ ਵੀ ਸੀ ਸਰ ਰਾਏ ਬਹਾਦਰ ਬਾਬਾ ਖੇਮ ਸਿੰਘ 베ਦੀ ਦੇ ਨਾਮ ਦੇ ਉੱਤੇ ਵੀ ਜਾਣੇ ਜਾਂਦੇ ਸਨ ਉਹਨਾਂ ਨੇ ਘਰ ਦੇ ਵਿੱਚ ਇੱਕ ਵੱਡੀ ਕੋਰਟ ਵੀ ਮੌਜੂਦ ਹੈ ਅੱਜ ਤੱਕ ਉੱਥੇ ਕਚਹਿਰੀ ਲਾਉਂਦੇ ਸਨ ਔਰ ਥੱਲੇ ਅ ਘਰ ਦੇ ਪੂਰੇ ਥੱਲੇ ਜਿਹੜਾ ਉਹ ਜੇਲ੍ਹ ਵੀ ਮੌਜੂਦ ਸੀ ਯਾਨੀ ਕਿ ਉਹਨਾਂ ਦੇ ਘਰ ਦੇ ਥੱਲੇ ਹੀ ਇੱਕ ਕਹਿ ਲਵੋ ਤੁਸੀਂ ਕਿ ਸਟੇਟ ਦਾ ਦਰਜਾ ਸੀ ਇਸ ਵਕਤ ਕਲਰ ਦਾ ਔਰ ਬਾਬਾ ਖੀਮ ਸਿੰਘ ਬੇਦੀ ਜੀ ਨੇ ਬਹੁਤ ਜ਼ਿਆਦਾ ਸਾਰੇ ਕਹਿ ਲਵੋ ਤੁਸੀਂ ਕੰਮ ਐਸੇ ਕਰਵਾਏ ਸਨ ਇਸ ਇਲਾਕੇ ਵਿੱਚ ਜੋ ਕਿ ਪਹਿਲੇ ਕਹਿ ਲਵੋ ਕਿ ਮੌਜੂਦ ਨਹੀਂ ਸਨ ਰਸਤਿਆਂ ਨੂੰ ਸਿੱਧੇ ਕਰਵਾਣਾ ਸਕੂਲਾਂ ਦੀਆਂ ਸੇਵਾ ਤੇ ਇਸ ਤਰ੍ਹਾਂ ਦੇ ਕੁਝ ਮਾਮਲੇ ਜਿਹੜੇ ਸਨ ਉਸ ਦੌਰ ਦੇ ਵਿੱਚ ਬਾਬਾ ਜੀ ਨੇ ਕਰਵਾਏ ਸੀ ਤੇ ਸੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਭਾਈ ਅ ਕਰਮ ਸਿੰਘ ਵਾਲੀ ਜਿਹੜੀ ਬੰਨ ਹੈ ਉੱਥੇ ਅਸੀਂ ਖਲੋਤੇ ਹੋਏ ਹਾਂ ਔਰ ਅੱਜ ਦੀ ਜਿਹੜੀ ਸਾਡੀ ਸਟੋਰੀ ਹੈ ਜਿਹੜੀ ਅਸੀਂ ਤੁਹਾਨੂੰ ਦਿਖਾਵਾਂਗੇ ਤੁਸੀਂ ਉਹ ਦੇਖੋਗੇ ਤੇ ਜਿਸ ਤਰ੍ਹਾਂ ਪਹਿਲੇ ਵੀੀਆਂ ਵੀਡੀਓਜ਼ ਜਿਹੜੀਆਂ ਤੁਸੀਂ ਦੇਖਦੇ ਹੋ ਨੇ ਇੱਕ ਵੈਰੀ ਟੱਚਿੰਗ ਬਹੁਤ ਟੱਚਿੰਗ ਹੁੰਦੀਆਂ ਨੇ ਬਹੁਤ ਅਸੀਂ ਤੁਸੀਂ ਭਾਵਕ ਹੋ ਜਾਂਦੇ ਹੋ ਦੇਖ ਕੇ ਔਰ ਮੈਂ ਕਵਾਂਗਾ ਕਿ ਅੱਜ ਦੀ ਸਟੋਰੀ ਬਾਬਾ ਗੁਰੂ ਨਾਨਕ ਸਾਹਿਬ ਦੀ 18ਵੀਂ ਤੋਂ 19ਵੀਂ ਕੁੱਲ ਦੀ ਹੈ ਦਿਲ ਨੂੰ ਥੰਮ ਕੇ ਰੱਖਣਾ ਆਪਣੇ ਕਲੇਜਾ ਮੂਹ ਨੂੰ ਆ ਜਾਂਦਾ ਹੈ ਕਿ ਜਦੋਂ ਸਟੋਰੀ ਸੁਣੀ ਜਾਂਦੀ ਹੈ ਸੁਣਾਈ ਜਾਂਦੀ ਹੈ ਗੱਲ ਹੈ ਇੱਕ ਬੀਬੀ ਦੀ ਬੀਬੀ ਬਲਵੰਤ ਕੌਰ ਜੀ ਦੀ ਬੀਬੀ ਬਲਵੰਤ ਕੌਰ ਜਿਹੜੇ ਨੇ ਉਹ ਮੁਸਲਮਾਨ ਹੋ ਜਾਂਦੇ ਨੇ ਸੰਨ 47 ਦੇ ਵਿੱਚ ਉਹਨਾਂ ਦਾ ਨਾਮ ਹੁੰਦਾ ਹੈ ਬੀਬੀ ਜ਼ੈਨਬ ਬੀਬੀ ਜ਼ੈਨਬ ਦਾ ਤੁਸੀਂ ਪਹਿਲਾ ਨਾਮ ਯਾਦ ਰੱਖਣਾ ਹੈ ਕਿ ਬਲਵੰਤ ਕੌਰ ਜੀ ਬਾਬਾ ਗੁਰਬਖਸ਼ ਸਿੰਘ ਜੀ ਦੀ ਬੇਟੀ ਔਰ ਪੋਤਰੀ ਕਿਦੀ ਹੈ ਬਾਬਾ ਮਹੱਲਾ ਵਾਲੇ ਦੀ ਉਹਨਾਂ ਨਾਲ ਕੀ ਕੀ ਹੋਇਆ ਉਹ ਚੱਲ ਕੇ ਸੀ ਉਹਨਾਂ ਦੇ ਅੰਸ਼ ਵੰਸ਼ ਤੋਂ ਬੀਬੀ ਜ਼ੈਨਬ ਦੇ ਜਿਹੜੇ ਆਖਰੀ ਨਿਸ਼ਾਨੀ ਬਚੀ ਹੈ ਸ਼ੇਖ ਜ਼ਹੂਰ ਅਹਿਮਦ ਜੀ ਜਿਹੜੇ ਕਿ ਹਾਲ ਮੁਕਾਮ ਥਵਾ ਖਾਲਸਾ ਦੇ ਕਹਿ ਲਓ ਤੁਸੀਂ ਕਿ ਵਸਨੇਕ ਨੇ ਔਰ تحصیل ਕਲਰ ਸਈਦਾ ਹੈ ਡਿਸਟ੍ਰਿਕਟ 라ਵਲਪਿੰਡੀ ਹੈ ਤੇ ਮੈਂ ਕਵਾਂਗਾ ਕਿ ਇੰਨੀ ਦੇਰ ਤੱਕ ਇਹ ਸਾਰਾ ਕੁਝ ਜਿਹੜਾ ਛੁਪਿਆ ਰਿਹਾ ਤੁਹਾਡੇ ਸਾਹਮਣੇ ਨਹੀਂ ਆਇਆ ਮੈਂ ਕਵਾਂਗਾ ਕਿ ਰੱਬ ਨੇ ਸ਼ਾਇਦ ਜਿਸ ਤਰ੍ਹਾਂ ਕਿ ਗੁਰਦੁਆਰਿਆਂ ਦੀ ਸੇਵਾ ਦੀ ਆਪਾਂ ਗੱਲ ਕੀਤੀ ਸੀ ਗੁਰਦੁਆਰਿਆਂ ਦੇ ਆ ਜਲੋ ਉਹ ਤੁਸੀਂ ਰੀਸਟੋਰੇਸ਼ਨ ਦੀ ਗੱਲ ਕਰਦੇ ਹਾਂ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਕਿ ਸੇਵ ਦਾ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਸੇਵ ਗੁਰਦੁਆਰਸ ਐਂਡ ਟੈਂਪਲਸ ਆਫ ਪਾਕਿਸਤਾਨ ਔਰ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਤੇ ਐਸੀ ਹੀ ਮਿਸ਼ਨ ਨੂੰ ਸਾਡੇ ਨੂੰ ਸਪੋਰਟ ਕਰਦਾ ਹੈ ਕੌਣ ਰੇਡੀਓ ਸਾਡੇ ਵਾਲਾ ਨਿਊਜ਼ੀਲੈਂਡ ਤੋਂ ਅਸੀਂ ਉਹਨਾਂ ਦੇ ਬਹੁਤ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਆਪਾਂ ਜਦੋਂ ਵੀ ਕਿਸੇ ਸਟੋਰੀ ਦਾ ਨਾਮ ਲਿਆ ਪਾਕਿਸਤਾਨ ਦੇ ਵਿੱਚ ਖਾਸਾ ਰਾਜ ਫੁੱਟਸਟੈਪਸ ਦੀ ਹੈ ਪੰਜਾਬੀ ਇਕਤਾ ਦੀ ਗੱਲ ਕੀਤੀ ਹੈ ਤੇ ਹਮੇਸ਼ਾ ਹੀ ਸਾਨੂੰ ਰੇਡੀਓ ਸਾਡੇ ਵਾਲਾ ਔਰ ਸਾਡੇ ਵਾਲਾ ਵੈਬ ਟੀਵੀ ਨੇ ਹਮੇਸ਼ਾ ਸਾਨੂੰ ਸਪੋਰਟ ਕੀਤਾ ਤੇ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜਦੋਂ ਮੈਂ ਉਹਨਾਂ ਨੂੰ ਇਸ ਚੀਜ਼ ਬਾਰੇ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ 1 ਮਿੰਟ ਵੀ ਨਾ ਲਾਓ ਔਰ ਇਹ ਸਟੋਰੀ ਜਿਹੜੀ ਹੈ ਫੌਰੀ ਤੌਰ ਤੇ ਜਾ ਕੇ ਤੁਸੀਂ ਕਵਰ ਕਰਕੇ ਆਓ ਤਸੋ ਆਪਾਂ ਇਸ ਵੇਲੇ ਮਿਡਵੇ ਦੇ ਵਿੱਚ ਕਿੱਥੇ ਆ ਅ ਤਹਿਸੀਲ ਹੈ ਸਾਡੀ ਕਲਰ ਸਈਦਾਂ ਡਿਸਟ੍ਰਿਕਟ ਹੈ ਸਾਡਾ 라ਵਲਪਿੰਡੀ ਔਰ ਏਰੀਆ ਕਿਹੜਾ ਹੈ ਅਸੀਂ ਇਸ ਵੇਲੇ ਮੌਜੂਦ ਹਾਂ ਤੇ ਭਾਈ ਆਲੀ ਬੰਦ ਤੇ ਯਾਨੀ ਕਿ ਅੱਜ ਵੀ ਇਹਨੂੰ ਭਾਈ ਆਲੀ ਬੰਦ ਕਿਹਾ ਜਾਂਦਾ ਹੈ ਭਾਈ ਦਾ ਕਨਸੈਪਟ ਇਸਲਾਮ ਦੇ ਵਿੱਚ ਅਗਰ ਤੁਸੀਂ ਦੇਖੋ ਤੇ ਸੈਂਟਰਲ ਪੰਜਾਬ ਦੇ ਵਿੱਚ ਭਰਾ ਨੂੰ ਭਾਈ ਕਿਹਾ ਜਾਂਦਾ ਹੈ ਠੀਕ ਹੈ ਜੀ ਤੇ ਭਾਈ ਆਲੀ ਬੰਦ ਇਸ ਜਗ੍ਹਾ ਦੇ ਉੱਤੇ ਭਰਾਉ ਆਖਦੇ ਨੇ ਵੱਡੇ ਭਰਾ ਨੂੰ ਭਰਾੂ ਆਖਦੇ ਨੇ ਲਾਲਾ ਆਖਦੇ ਨੇ ਵਟਕਾ ਆਖਦੇ ਨੇ ਇਹ ਨਾਮ ਲੈਂਦੇ ਨੇ ਇੱਥੇ ਭਾਈ ਵਾਲਾ ਕਨਸੈਪਟ ਨਹੀਂ ਹੈ ਸੋ ਇਸ ਗੱਲ ਨੂੰ ਤੇ ਬਿਲਕੁਲ ਇਹ ਕਲੀਅਰ ਹੋਣਾ ਚਾਹੀਦਾ ਤੁਹਾਨੂੰ ਕਿ ਵੀ ਇਹ ਖਾਲਸਾ ਪੰਥ ਦੀਆਂ ਨਿਸ਼ਾਨੀਆਂ ਨੇ ਔਰ ਇਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਖੂਬਸੂਰਤ ਜਿਸ ਜਗ੍ਹਾ ਤੋਂ ਅਸੀਂ ਸ਼ੁਰੂ ਕੀਤੀ ਆਪਣੀ ਵੀਡੀਓ ਤੁਸੀਂ ਦੇਖੋ ਤੇ ਨਾਲ-ਨਾਲ ਤੁਹਾਨੂੰ ਕੁਝ ਸਾਈਡ ਤੋਂ ਤੁਹਾਨੂੰ ਪੱਕੀ ਨਜ਼ਰ ਆ ਰਹੀ ਹੈ ਬੰਨ ਔਰ ਕੁਝ ਸਾਈਡ ਤੋਂ ਤੁਹਾਨੂੰ ਕੱਚੀ ਬੰਨ ਨਜ਼ਰ ਆ ਰਹੀ ਹੈ ਬਟਸ ਲੁੱਕ ਵੈਰੀ ਬਿਊਟੀਫੁਲ ਉਹ ਟ੍ਰੈਡੀਸ਼ਨਸ ਆਫ ਦੀ ਨਾਰਥ-ਵੈਸਟ ਪੰਜਾਬ ਜਿਹੜਾ ਕਹਿ ਲੋ ਪੱਟੀ ਜਿਹੜੀ ਹੈ ਕਸ਼ਮੀਰ ਦੇ ਬਿਲਕੁਲ ਨਾਲ ਲੱਗਦੀ ਹੈ ਮੇਰੇ ਕੋਲ ਹਾਈ ਜ਼ੂਮ ਨਹੀਂ ਹੈ ਇਹ ਛੋਟੀ ਛੋਟੀ ਹिल्स ਦੇ ਪਿੱਛੇ 스ਨੋ ਕਵਰਡ ਜਿਹੜੀਆਂ ਨੇ ਤੁਹਾਨੂੰ ਨਜ਼ਰ ਆਣਾ ਸ਼ੁਰੂ ਹੋ ਜਾਂਦੀਆਂ ਕਸ਼ਮੀਰ ਦੀਆਂ ਜਿਹੜੀਆਂ ਪਹਾੜੀਆਂ ਨੇ ਠੀਕ ਹੈ ਜੀ ਕਸ਼ਮੀਰ ਦੀਆਂ ਪਹਾੜੀਆਂ ਨਜ਼ਰ ਆਣਾ ਸ਼ੁਰੂ ਹੋ ਜਾਂਦੀਆਂ ਯਾਨੀ ਕਿ ਆਪਾਂ ਪੰਜਾਬ ਔਰ ਕਸ਼ਮੀਰ ਦੀ ਜਿਹੜੀ ਬਾਉਂਡਰੀ ਲੱਗਦੀ ਹੈ ਉੱਥੇ ਵੀ ਅਸੀਂ ਮੌਜੂਦ ਆ ਇਸ ਵੇਲੇ ਤਾਂ ਤੁਸੀਂ ਦੇਖੋ ਖਾਲਸਾ ਸਰਵਿਸਿਜ਼ ਜਿਹੜੀਆਂ ਨੇ ਉਹ ਕਿੰਨੀਆਂ ਪੁਰਾਣੀਆਂ ਔਰ ਕਿੰਨੀਆਂ ਮਤਲਬ ਕਿ ਗਹਿਰੇ ਫੁੱਟਸਟੈਪਸ ਨੇ ਜਿਨੂੰ ਕਿ ਮੈਂ ਕਹਿਣਾ ਹੁੰਨਾ ਵਾ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਵਾਈਟ ਟੂ ਐਸੇ ਕਿਡ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਕਿਉਂਕਿ ਖਾਲਸਾ ਰਾਜ ਦੀਆਂ ਔਰ ਉਸ ਤੋਂ ਬਾਅਦ ਬ੍ਰਿਟਿਸ਼ Empire ਦੁਆਰਾ ਖਾਲਸਾ ਰਾਜ ਦੀਆਂ ਜਿਹੜੀਆਂ ਸਰਵਿਸੇਸ ਹਨ ਉਹਨਾਂ ਦੇ ਮੁਤਲਕ ਅਗਰ ਤੁਸੀਂ ਦੇਖਦੇ ਹੋ ਤੇ ਬਹੁਤ ਜ਼ਿਆਦਾ ਸਾਰਾ ਕੁਝ ਐਸਾ ਅਵੇਲੇਬਲ ਹੈ ਜਿਹੜਾ ਕਿ ਤੁਹਾਨੂੰ ਪੂਰੇ ਹਿੰਦੁਸਤਾਨ 'ਚ ਨਹੀਂ ਮਿਲਦਾ ਪੂਰੇ ਈਸਟ ਪੰਜਾਬ 'ਚ ਨਹੀਂ ਮਿਲਦਾ ਬਟ ਉਹ ਚੀਜ਼ਾਂ ਤੁਹਾਨੂੰ ਕਿੱਥੇ ਮਿਲਦੀਆਂ ਨੇ ਪਾਕਿਸਤਾਨ ਚ ਮਿਲਦੀਆਂ ਨੇ ਨਾਰਥ-ਵੈਸਟ ਪੰਜਾਬ ਦੇ ਵਿੱਚ ਮਿਲਦੀਆਂ ਨੇ ਦੇਖਦੇ ਰਹਿਣਾ ਥੋੜੀ ਦੇਰ ਬਾਅਦ ਅਸੀਂ ਹਾਜ਼ਰ ਹੁੰਨੇ ਆ ਅਸੀਂ ਤੁਹਾਨੂੰ ਲੈ ਕੇ ਚੱਲਨੇ ਆ ਇੱਕ ਐਸੀ ਦਰਦਪਰੀ ਸਟੋਰੀ ਨਾਲ ਕਿ ਜਿੰਨੂੰ ਤੁਸੀਂ ਇੱਕ ਵਾਰੀ ਦੇਖ ਕੇ ਸੁਣ ਕੇ ਰੂਹ ਜ਼ਰੂਰ ਕੰਬ ਜਾਏਗੀ ਜਿਹੜਾ ਬੰਦਾ ਵੀ ਨਾਨਕ ਨਾਮ ਲੈਵਾ ਹੈ ਉਹ ਜ਼ਰੂਰ ਇੱਕ ਵਾਰੀ ਹਿਲ ਜਾਏਗਾ ਐਸ ਸਟੋਰੀ ਤੋਂ ਬਾਅਦ ਕਿਉਂਕਿ ਅੱਜ ਤੱਕ ਇਹ ਗੱਲ ਕਦੀ ਕਿਸੇ ਨੇ ਸਾਹਮਣੇ ਨਹੀਂ ਲੈ ਕੇ ਆਏ ਕਿ ਬਾਬਾ ਗੁਰੂ ਨਾਨਕ ਸਾਹਿਬ ਦੇ 18ਵੀਂ ਔਰ 19ਵੀਂ ਕੋਲ ਦੇ ਨਾਲ ਕੀ ਵਰਤਿਆ